ਕੇਂਦਰੀ ਗ੍ਰਹਿ ਮੰਤਾਲੇ ਦੇ ਦੇਸ਼ਾਂ ਤੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ 24 ਫਰਵਰੀ ਤੱਕ ਬੰਦ ਕੀਤਾ ਗਿਆ ਹੈ ਇਹ ਇੰਟਰਨੈਟ ਟੈਲੀਗ੍ਰਾਫ ਐਕਟ ਦੀ 1885 ਦੀ ਧਾਰਾ ਦੇ ਅੰਗੇਸ਼ ਚ ਬੰਦ ਕੀਤਾ ਗਿਆ ਹੈ ਇਹਨਾਂ ਇਹਨਾਂ ਦੇ ਨਾਂ ਹਨ ਜ਼ਿਲ੍ਹਿਆਂ ਦੇ ਜਿਨ੍ਹਾਂ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਪਟਿਆਲਾ ਮੁਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਬਠਿੰਡਾ ਮੁਕਸਰ ਤੇ ਮਾਨਸਾ